ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਜੀ ਇਹ ਰੋਇਲ ਬਲਾਜ਼ਾ ਹੋਟਲ ਹੈ ਜੀ ਹੁਸ਼ਿਆਰਪੁਰ ਦਾ ਬੜਾ ਹੀ ਫੇਮਸ ਹੈ ਕਾਫੀ ਪਾਰਟੀਆਂ ਵਗੈਰਾ ਇੱਥੇ ਹੁੰਦੀਆਂ ਨੇ ਤੁਹਾਨੂੰ ਦਿਖਾ ਸਕਦੇ ਆ ਪਾਰਟੀ ਹਾਲ ਹੈ ਇਹਦੇ ਵਿੱਚ ਪੂਲ ਵੀ ਹੈਗਾ ਇੱਕ ਤੁਹਾਨੂੰ ਪੂਲ ਦਾ ਵਿਊ ਦਿਖਾਇਆ ਜਾਵੇ ਹੁਣ ਕੀ ਸਰ ਗਏ ਹੋਏ ਆ ਪਰਮਿਸ਼ਨ ਲੈਣ ਦੇਖੋ ਕੀ ਕਹਿੰਦੇ ਨੇ ਆ ਸੀਟਿੰਗ ਵਗੈਰਾ ਜੀ ਦੇਖ ਸਕਦੇ ਤੁਸੀਂ ਆ ਪੂਲ ਹੈ ਜੀ ਇੱਧਰ ਆਪਣੇ ਪਾਰਟੀ ਬੈਂਕਟ ਹਾਲ ਹੈ ਜੀ ਪਾਰਟੀ ਵਗੈਰਾ ਲਈ ਆ ਸਟੇਜ ਲੱਗੀ ਹੋਈ ਕੋਈ ਪਾਰਟੀ ਚੱਲ ਰਹੀ ਹੈ ਦੇਖ ਸਕਦੇ ਹੋ ਜੀ ਤੁਸੀਂ ਪਾਰਕਿੰਗ ਹੈ ਬਾਹਰ ਵੀ ਪਾਰਕਿੰਗ ਹੈਗੀ ਅੰਦਰ ਵੀ ਪਾਰਕਿੰਗ ਹੈਗੀ ਇੱਥੋਂ ਪਰਮਿਸ਼ਨ ਮਿਲਦੀ ਹੈ ਤੁਹਾਨੂੰ ਦਿਖਾਉਂਦੇ ਹਾਂ ਕਿ ਸਰ ਕਿੱਥੇ ਗਏ ਲਓ ਜੀ ਦੇਖਦੇ ਹਾਂ ਕਿ ਛੁੱਟੀ ਹੁਣ ਖਾਲੀ ਹੈ ਕਿ ਨਹੀਂ ਹਾਂਜੀ ਅੰਕੀ ਸਰ ਸੰਡੇ ਨੂੰ ਫ੍ਰੀ ਹੋ ਸੋਮਵਾਰ ਜਾਂ ਮੰਗਲਵਾਰ ਕੋਈ ਵੀ ਪਰਮਿਸ਼ਨ ਲੈਣੀ ਹੈ ਬੁਕਿੰਗ ਦਾ ਡਿਟੇਲ ਪਤਾ ਕਰਨੀ ਹੋਵੇ ਤਾਂ ਇਸ ਕਾਊਂਟਰ ਦੇ ਉੱਤੇ ਤੁਸੀਂ ਆ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਮਿਲੂਗੀ ਠੀਕ ਹੈ ਜੀ ਸਿਟਿੰਗ ਬੈਠਣ ਦੇ ਲਈ ਤੁਹਾਨੂੰ ਇੱਕ ਛੋਟਾ ਜਿਹਾ ਟੂਰ ਦੇ ਦਿੱਤਾ ਗਿਆ ਹੈ ਰੋਇਲ ਪਲਾਜ਼ਾ ਹੁਸ਼ਿਆਰਪੁਰ ਆ ਜੀ ਪਾਰਕਿੰਗ ਹਾਲ ਹੈ ਜੀ ਅੰਕੀ ਸਰ ਆ ਗਏ ਸੰਡੇ ਬੁੱਕ ਹੈ ਜੀ ਸਾਨੂੰ ਹੁਣ ਮਿਲੂਗਾ ਜੀ ਇਹ ਮੰਡੇ ਜਾਂ ਟਿਊਜ਼ਡੇ ਕਹਿ ਰਹੇ ਨੇ ਸ਼ੂਟਿੰਗ ਲਈ ਦੇਖ ਸਕਦੇ ਹੋ ਤੁਸੀਂ ਰੋਇਲ ਪਲਾਜ਼ਾ ਹੋਟਲ ਹੁਸ਼ਿਆਰਪੁਰ ਦਾ ਠੀਕ ਹੈ ਜੀ ਸੰਡੇ ਨੂੰ ਬੁਕਿੰਗ ਫੁੱਲ ਹੈ ਜੀ ਜਿੰਨੇ ਆਪਣੇ ਵਿਆਹ ਸ਼ਾਦੀਆਂ ਵਾਲੇ ਆ ਤੁਸੀਂ ਇੱਥੇ ਦੇਖ ਚੁੱਕੇ ਇਹਨੂੰ ਅੰਦਰੋਂ ਵੀ ਤੁਹਾਨੂੰ ਥੋੜ੍ਹਾ ਬਹੁਤਾ ਦਿਖਾਇਆ ਹਾਂ ਬਾਹਰੋਂ ਵੀ ਦਿਖਾਉਂਦਾ ਜੀ ਬੁੱਕ ਕਰੋ ਆਪਣੇ ਵਿਆਹ ਸ਼ਾਦੀਆਂ ਦੇ ਲਈ ਰੋਇਲ ਪਲਾਜ਼ਾ ਹੁਸ਼ਿਆਰਪੁਰ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਰੋਇਲ ਪਲਾਜ਼ਾ ਹੁਸ਼ਿਆਰਪੁਰ ਠੀਕ ਹੈ ਜੀ ਇੱਦਾਂ ਦੇ ਹੋਰ ਨਵੇਂ ਤੋਂ ਨਵੇਂ ਹੋਟਲ ਵਲੌਗ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਹੋਟਲਾਂ ਦੇ ਵਲੌਗ ਹਰ ਇੱਕ ਚੀਜ਼ ਦਾ ਵਲੌਗ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਨੀ ਆ ਅਸੀਂ ਚੱਲਦੇ ਹਾਂ ਅਲੱਗ ਹੀ ਲੈਵਲ 'ਤੇ ਸਾਡੇ ਕੋਲ ਲੈਵਲ ਹੈ ਨਹੀਂ ਕੋਈ ਇਸੇ ਕਰਕੇ ਅਸੀਂ ਅਲੱਗ ਹੀ ਲੈਵਲ 'ਤੇ ਹਾਂ ਜੀ ਪਰਮਿਸ਼ਨ ਮਿਲਣ 'ਚ ਸਾਨੂੰ ਕੋਈ ਮੁਸ਼ਕਲ ਤਾਂ ਨਹੀਂ ਹੋਈ ਕਿਉਂਕਿ ਆਪਾਂ ਡਾਊਨ ਟੂ ਅਰਥ ਹਾਂ ਮਤਲਬ ਅਰਥ ਦੇ ਨਾਲ ਜੁੜੇ ਹੋਏ ਕਾਰ ਨਹੀਂ ਹੈਗੇ ਕਰੰਟ ਨਹੀਂ ਮਾਰਦੇ ਸਾਡੀ ਗੱਡੀ ਕਿੱਥੇ ਹੈ ਸਾਡੀ ਗੱਡੀ ਉੱਧਰ ਹੈਗੀ ਹੈ ਸਕੂਟੀ ਕਿੱਥੇ ਗਈ ਸਰ ਇੱਧਰ ਹੀ ਹੈ ਆਇਆ ਸਰ ਹਰ ਕੋ ਜੀ ਦੇਖ ਸਕਦੇ ਤੁਸੀਂ ਨੰਬਰ ਵੀ ਪੜ ਸਕਦੇ ਹੋ ਨੰਬਰ ਪੜ ਸਕਦੇ ਹੋ ਸਰ ਤੁਸੀਂ ਨੰਬਰ ਨਹੀਂ ਪੜ ਸਕਦੇ ਨੰਬਰ ਹੈਗਾ ਪ੍ਰਾਈਵੇਟ ਲਓ ਸਰ